ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਅਸੀਂ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਨਰਾਤਿਆਂ ਦੇ ਲਈ ਇੱਕ ਸਪੈਸ਼ਲ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਨਰਾਤਿਆਂ ਦੇ ਵਿੱਚ ਇਹ ਕਰਨ ਵਾਲਾ ਵਸ਼ੀਕਰਨ ਹੈ ਜਿਹੜਾ ਇੱਕ ਦਿਨ ਦੇ ਵਿੱਚ ਵਸ਼ੀਕਰਨ ਹੋ ਜਾਂਦਾ ਹੈ। ਇਹ ਵਸ਼ੀਕਰਨ ਐਡਾ ਕੁ ਪ੍ਰਬਲ ਅਤੇ ਸ਼ਕਤੀਸ਼ਾਲੀ ਮੰਤਰ ਹੈ ਮਾਤਾ ਕਾਲੀ ਦਾ। ਇਹਦੇ ਵਿੱਚ ਮੰਤਰ ਵੀ ਹੈ ਅਤੇ ਵਿਧੀ ਵੀ ਹੈ। ਪੂਰੀ ਵਿਧੀ ਮੰਤਰ ਦੇ ਨਾਲ ਕੀਤੀ ਜਾਊਗੀ ਅਤੇ ਇੱਕ ਦਿਨ ਦੇ ਵਿੱਚ ਵਸ਼ੀਕਰਨ ਹੁੰਦਾ ਹੈ, ਉਹ ਵੀ ਨਵਰਾਤਰਿਆਂ ਦੇ ਵਿੱਚ। ਔਰ ਇਹ ਐਡਾ ਪਾਵਰਫੁੱਲ ਅਤੇ ਜ਼ਬਰਦਸਤ ਵਸ਼ੀਕਰਨ ਹੈ। ਔਰ ਮੈਂ ਇਸ ਨਰਾਤਿਆਂ ਦੇ ਵਿੱਚ ਸਪੈਸ਼ਲ ਤੁਹਾਨੂੰ ਇਸ 'ਚ ਵਸ਼ੀਕਰਨ ਦਾ ਤੋਹਫ਼ਾ ਦੇਣ ਜਾ ਰਿਹਾ। ਇਹ ਤੋਹਫ਼ਾ ਤੁਸੀਂ ਦੇਖਿਓ, ਇਹਨੂੰ ਅਜਮਾ ਕੇ ਦੇਖਿਓ। ਬੜੀ ਹੀ ਅਜਮਾਈ ਹੋਈ ਸਾਡੀ ਇਹ ਵਿਧੀ ਹੈ ਅਤੇ ਮੰਤਰ ਹੈ, ਇਹਨੂੰ ਕਰਕੇ ਦੇਖਣਾ। ਅਤੇ ਪਹਿਲਾਂ ਜਿਹੜੇ ਸਾਡੇ ਚੈਨਲ 'ਤੇ ਨਵੇਂ ਆਏ ਨੇ, ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ, ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ। ਦੋਸਤੋ, ਹੁਣ ਗੱਲ ਕਰਦੇ ਹਾਂ ਮਾਤਾ ਕਾਲੀ ਦਾ ਜਿਹੜਾ ਮੰਤਰ ਹੈ ਅਤੇ ਨਾਲ ਇੱਕ ਵਿਧੀ ਹੈ। ਇਹ ਵਿਧੀ ਅਤੇ ਮੰਤਰ ਇੰਨਾ ਕੁ ਪਾਵਰਫੁੱਲ ਹੈ, ਇੰਨਾ ਕੁ ਜ਼ਬਰਦਸਤ ਹੈ, ਜਿਹਦੇ ਨਾਲ ਹਰ ਕੰਮ ਕਹਿ ਲਓ ਕਿ ਜਿਹੜਾ ਵਸ਼ੀਕਰਨ ਦਾ ਕੋਈ ਵੀ ਕੰਮ ਹੈ ਮਿੰਟਾਂ ਸਕਿੰਟਾਂ 'ਚ ਹੋ ਜਾਂਦਾ। ਔਰ ਇਹ ਜਿਹੜੀ ਵਿਧੀ ਹੈ ਸਿਰਫ ਨਰਾਤਿਆਂ 'ਚ ਕੀਤੀ ਜਾਂਦੀ ਹੈ। ਔਰ ਨਰਾਤਿਆਂ ਦੇ ਵਿੱਚ ਇੱਕ ਦਿਨ ਦੇ ਜਿਹੜਾ ਕਹਿੰਦਾ ਕਿ 24 ਘੰਟੇ ਹੈ ਨਾ, 24 ਘੰਟੇ ਦੇ ਵਿੱਚ ਇਹਦਾ ਰਿਜ਼ਲਟ ਜਿਹੜਾ ਮਿਲ ਜਾਂਦਾ ਬੰਦੇ ਕੋਲ। ਔਰ 24 ਘੰਟੇ 'ਚ ਰਿਜ਼ਲਟ ਤਾਂ ਮਿਲਣਾ ਜਿੱਦਾਂ ਅਸੀਂ ਦੱਸਾਂਗੇ, ਜਿਹੜੀ ਵਿਧੀ ਅਸੀਂ ਦੱਸਾਂਗੇ ਤੁਹਾਨੂੰ, ਜੇ ਤੁਸੀਂ ਉਸ ਵਿਧੀ ਦੇ ਨਾਲ ਕਰੋਗੇ ਤਾਂ 24 ਘੰਟੇ ਦੇ ਵਿੱਚ ਤੁਹਾਡਾ ਜੋ ਵਸ਼ੀਕਰਨ ਹੈ ਉਹ ਕੰਪਲੀਟ ਹੋ ਜਾਏਗਾ, ਉਹਨੂੰ ਕੋਈ ਰੋਕ ਨਹੀਂ ਸਕਦਾ ਸਾਡੀ ਦੱਸੀ ਵਿਧੀ ਦੇ ਨਾਲ। ਜੇ ਤੁਸੀਂ ਇਹਨੂੰ ਆਪਣੇ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਜੇ ਕੋਈ ਕਹਿ ਲਓ ਕਿ ਗਲਤ ਮਲਤ ਕਰ ਲਿਆ, ਫਿਰ ਇਹ ਕੋਈ ਕੰਮ ਨਹੀਂ ਆਉਣਾ। ਔਰ ਇਹ ਜਿਹੜਾ ਵਸ਼ੀਕਰਨ ਹੈ ਸਪੈਸ਼ਲ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕਿ ਟੁੱਟੇ ਹੋਏ ਨੇ। ਜਿਸ ਤਰ੍ਹਾਂ ਕਿਸੇ ਦਾ ਕੋਈ, ਜਿੱਦਾਂ ਕਹਿ ਲਓ ਕਿ ਕਿਸੇ ਦਾ ਕੋਈ, ਕਿਸੇ ਧੀ ਭੈਣ ਦੀ ਜਾਂ ਘਰ ਵਾਲਾ ਉਹਦਾ ਕੋਈ ਤਲਾਕ ਲੈਣਾ ਚਾਹੁੰਦਾ ਹੋਵੇ ਉਹਦੇ ਕੋਲੋਂ, ਜਾਂ ਦੂਸਰੀ ਔਰਤ ਦੇ ਪਿੱਛੇ ਪੈ ਕੇ ਆਪਣੀ ਘਰਵਾਲੀ ਨੂੰ ਛੱਡ ਦਿੱਤਾ ਹੋਵੇ ਉਹਨੇ, ਔਰ ਤਲਾਕ ਲੈਣ ਬਾਰੇ ਸੋਚਦਾ ਹੋਵੇ, ਉਹਨਾਂ ਵਾਸਤੇ ਇਹ ਜਿਹੜਾ ਮੰਤਰ ਹੈ ਵਿਧੀ ਹੈ ਇੰਨੀ ਕੁ ਜ਼ਬਰਦਸਤ ਤਰੀਕੇ ਨਾਲ ਕੰਮ ਕਰੇਗੀ। ਔਰ ਇਹਦਾ ਰਿਜ਼ਲਟ ਵੀ ਉਹ ਖੁਦ ਆਪਣੇ ਆਪ ਮੂੰਹ ਦੱਸਣਗੇ। ਔਰ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਵਸ਼ੀਕਰਨ ਹੈ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਗਲਤ ਕਰ ਰਹੇ ਆ, ਜਿਹੜੇ ਗਲਤ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਇਹ ਵਸ਼ੀਕਰਨ ਬਿਲਕੁਲ ਨਹੀਂ ਹੈਗਾ। ਉਹ ਚਾਹੇ ਇਸ ਵੀਡੀਓ ਨੂੰ ਦੇਖੇ ਤੋਂ ਬਿਨਾਂ ਹੀ ਪਹਿਲਾਂ ਹੀ ਚਲੇ ਜਾਣ, ਕਿਉਂ ਕਰਕੇ ਉਹਨਾਂ ਦੇ ਕੰਮ ਦੀ ਵੀਡੀਓ ਨਹੀਂ ਹੈਗੀ। ਇਹ ਸਿਰਫ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਵਸ਼ੀਕਰਨ ਦੇ ਵਿੱਚ, ਜਿਹੜੇ ਪਿਆਰ ਦੇ ਵਿੱਚ ਧੋਖਾ ਖਾ ਕੇ, ਜਿੱਦਾਂ ਕਹਿ ਲਓ ਕਿਸੇ ਦਾ ਰਿਸ਼ਤਾ ਟੁੱਟ ਗਿਆ ਹੋਵੇ ਜਾਂ ਕਿਸੇ ਨੂੰ ਕਿਸੇ ਨੇ ਧੋਖਾ ਦਿੱਤਾ ਹੋਵੇ, ਇਹ ਉਹਦੇ ਨਾਲ ਇਹ ਵਸ਼ੀਕਰਨ ਉਸ ਬੰਦੇ ਦਾ ਕੀਤਾ ਜਾ ਸਕਦਾ ਜਾਂ ਔਰਤ ਦਾ ਕੀਤਾ ਜਾ ਸਕਦਾ। ਔਰ ਇੱਕ ਦਿਨ ਦਾ ਵਸ਼ੀਕਰਨ ਹੈ ਔਰ ਇਹ ਵਿਧੀ ਜਿਹੜੀ ਹੈ ਇੱਕ ਦਿਨ ਦੇ ਵਿੱਚ ਜਿੱਦਾਂ ਦੱਸਿਆ 24 ਘੰਟੇ ਦੇ ਵਿੱਚ ਇਹਦਾ ਰਿਜ਼ਲਟ ਹੈਗਾ। ਔਰ ਇੰਨਾ ਕੁ ਪਾਵਰਫੁੱਲ ਇਹ ਮੰਤਰ ਹੈ ਮਾਤਾ ਕਾਲੀ ਦਾ, ਇਹ ਸਿਰਫ ਨਰਾਤਿਆਂ 'ਚ ਹੀ ਸਿੱਧ ਕੀਤੀ ਜਾਂਦੀ ਹੈ। ਅਤੇ ਨਰਾਤਿਆਂ ਦੇ ਵਿੱਚ ਜੇ ਤੁਸੀਂ ਕਰ ਲਿਆ ਤਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਦਾ ਰਿਜ਼ਲਟ ਮਿਲਣਾ। ਪਰ ਜਿੱਦਾਂ ਅਸੀਂ ਦੱਸਿਆ ਕਿ ਜਿਹੜੇ ਇਸ ਵਿਧੀ ਨੂੰ ਕਰਨਾ ਚਾਹੁੰਦੇ ਆ ਉਹਨਾਂ ਦੇ ਕੋਲ ਸੱਚ ਹੋਣਾ ਚਾਹੀਦਾ ਹੈ। ਝੂਠੇ ਬੰਦੇ ਇਹਦੇ ਵਿੱਚ ਕੋਈ ਨਹੀਂ ਕਰ ਸਕਦੇ। ਜਿਹੜੇ ਵੀ ਝੂਠੇ ਬੰਦੇ ਜੋ ਵੀ ਕੋਈ ਗਲਤ ਮਲਤ ਕਿਸੇ ਨਾਲ ਕਰਨਾ ਚਾਹੁੰਦੇ ਹੋਣ, ਉਹ ਇਸ ਚੀਜ਼ ਨੂੰ ਕਰਨਗੇ ਤਾਂ ਉਹਨਾਂ ਦੇ ਉੱਤੇ ਪੁੱਠੀ ਪੈ ਜਾਏਗੀ, ਜਾਂ ਉਹਨਾਂ ਦੇ ਕੋਈ ਘਰ ਦਾ ਜੀਅ ਬਿਮਾਰ ਹੋਏਗਾ ਜਾਂ ਘਰ ਦਾ ਜੀਅ ਵੀ ਜਾ ਸਕਦਾ। ਇਹਦੇ ਵਿੱਚ ਐਡੀ ਕਿ ਮਾਤਾ ਨੇ ਇਹ ਕਿਰਪਾ ਰੱਖੀ ਹੋਈ ਹੈ। ਔਰ ਇਹ ਜਿਹੜੇ ਕੰਮ ਹੈ ਇਹ ਸਿਰਫ ਮਾਤਾ ਕਾਲੀ
ਸੱਚ ਦੇ ਸੌਦੇ ਕਰਦੀ ਹੈ। ਜਿਹੜਾ ਸੱਚਾ ਬੰਦਾ ਹੋਵੇ ਉਹਦਾ ਸਾਥ ਦਿੰਦੀ ਹੈ, ਬਾਕੀ ਜੇ ਕੋਈ ਝੂਠਾ ਜਾਂ ਕਿਸੇ ਨਾਲ ਕੋਈ ਗਲਤ ਕਰਨਾ ਚਾਹੁੰਦਾ ਹੋਵੇ ਉਹਦਾ ਨੁਕਸਾਨ ਆਪਣੇ ਆਪ ਹੀ ਹੋ ਜਾਣਾ, ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ। ਕਿਉਂ ਕਰਕੇ ਅਸੀਂ ਇਹ ਜਿਹੜੀਆਂ ਚੀਜ਼ਾਂ ਦਿੰਦੇ ਹਾਂ ਕਿਸੇ ਨੂੰ ਵੀ ਪਾਉਂਦੇ ਹਾਂ, ਅਸੀਂ ਇਜਾਜ਼ਤ ਲੈ ਕੇ ਇਜਾਜ਼ਤ ਦੇ ਉਹਨਾਂ ਨੂੰ ਕਹਿ ਕੇ ਬੇਨਤੀ ਕਰਕੇ ਕਿ ਜਿਹੜੀ ਵੀ ਚੀਜ਼ ਅਸੀਂ ਦੇਣ ਲੱਗੇ ਹਾਂ ਜਿਹੜੇ ਦੁਖੀ ਬੰਦੇ ਨੇ ਉਹਨਾਂ ਦਾ ਸਾਥ ਦੇਣ ਵਾਸਤੇ ਇਹ ਜਿਹੜਾ ਇਹ ਕੰਮ ਕਰੇਗੀ। ਜੇ ਕੋਈ ਗਲਤ ਮਤਲਬ ਕੋਈ ਕਰਦਾ ਉਹਦੇ ਵਿੱਚ ਨਾ ਕੋਈ ਸਾਡਾ ਹੱਥ ਹੈ, ਅਤੇ ਜਿਹੜਾ ਕਰੇਗਾ ਉਹਦਾ ਪਾਪਾਂ ਦਾ ਭਾਗੀ ਉਹ ਆਪ ਬਣ ਜਾਏਗਾ, ਆਪਣੇ ਆਪ ਉਹ ਨੁਕਸਾਨ ਕਰਾਏਗਾ। ਅਤੇ ਇਸ ਕਰਕੇ ਤਾਂ ਤੁਹਾਨੂੰ ਪਹਿਲਾਂ ਤੋਂ ਅਗਾਹ ਕਰ ਰਿਹਾ ਕਿ ਇਹਨੂੰ ਕਰਨ ਦੀ ਲੋੜ ਨਹੀਂ, ਤੁਸੀਂ ਜਿਹੜੇ ਸੱਚੇ ਬੰਦੇ ਉਹੀ ਇਸ ਵਿਧੀ ਨੂੰ ਕਰਨ। ਹੁਣ ਇਹ ਵਿਧੀ ਨੂੰ ਕਰਨਾ ਕਿੱਦਾਂ, ਪਹਿਲਾਂ ਸੁਣ ਲਓ, ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਇਹਦੇ ਵਿੱਚ ਜਿਹੜੀਆਂ ਸਮਾਨ ਜਿਹੜਾ ਲੱਗਣਾ ਜਿਹੜਾ ਚਾਹੀਦਾ। ਜਿੱਦਾਂ ਇਹਦੇ ਵਿੱਚ ਚਿੱਟੇ ਤਿਲ ਚਾਹੀਦੇ ਆ ਥੋੜ੍ਹੇ ਜਿਹੇ, ਅਤੇ ਕਾਲੇ ਤਿਲ, ਇੱਕ ਮੌਲੀ, ਇੱਕ ਜਿਹੜੀ ਤੁਸੀਂ ਦੇਖ ਰਹੇ ਹੋ ਮਿੱਟੀ ਦਾ ਕੁੱਜਾ ਛੋਟਾ ਜਿਹਾ, ਅਤੇ ਥੋੜ੍ਹਾ ਜਿਹਾ ਤੁਸੀਂ ਲਾਲ ਕੱਪੜਾ ਲੈਣਾ ਜਿਹੜਾ ਕਿ ਕੁੱਜੇ ਦਾ ਮੂੰਹ ਬੰਨਣ ਵਾਸਤੇ, ਠੀਕ ਹੈ, ਉਹਨਾਂ ਕੀ ਲੈਣਾ ਕੱਪੜਾ ਲਾਲ ਕੁੱਜਾ ਮੂੰਹ ਬੰਨਣ ਵਾਸਤੇ, ਅਤੇ ਦੋ ਚਾਹੀਦੀਆਂ ਫੋਟੋਆਂ, ਇੱਕ ਫੋਟੋ ਚਾਹੀਦੀ ਹੈ ਤੁਹਾਡੀ, ਇੱਕ ਜਿਹਦਾ ਵਸ਼ੀਕਰਨ ਕਰਨਾ, ਉਹਦੀਆਂ ਦੋ ਫੋਟੋਆਂ ਇਹਦੇ 'ਚ ਲੱਗਣੀਆਂ, ਠੀਕ ਹੈ। ਹੁਣ ਕਰਨਾ ਕਿੱਦਾਂ, ਪਹਿਲਾਂ ਸੁਣ ਲਓ ਸਾਰੀ ਗੱਲਬਾਤ, ਪਹਿਲਾਂ ਤੁਹਾਨੂੰ ਮੈਂ ਇਹਦੀ ਵਿਧੀ ਦੱਸਾਂਗਾ, ਫਿਰ ਮੰਤਰ ਬਾਅਦ ਚੰਡ 'ਤੇ ਦੱਸਾਂਗਾ ਕਿ ਕਿਹੜਾ ਮੰਤਰ ਹੈ। ਤੁਸੀਂ ਕੀ ਕਰਨਾ, ਇੱਕ ਕੁੱਜਾ ਲੈ ਕੇ, ਛੋਟਾ ਜਿਹਾ ਕੁੱਜਾ ਹੋਣਾ ਚਾਹੀਦਾ ਜਿਹੜਾ ਹੱਥ 'ਚ ਆ ਜਾਵੇ, ਥੋੜ੍ਹੇ ਜਿਹੇ ਤਿਲ ਲੈਣੇ ਆ, ਪਹਿਲਾਂ ਤੁਸੀਂ ਚਿੱਟੇ ਤਿਲ ਲੈਣੇ ਆ ਆਪਣੀ ਮੁੱਠੀ 'ਚ ਪਾ ਲੈਣੇ, ਜਿੰਨੀ ਤੁਹਾਡੀ ਮੁੱਠੀ 'ਚ ਆ ਸਕੇ, ਥੋੜ੍ਹੇ ਜਿਹੇ ਮੁੱਠੀ 'ਚ ਤਿਲ ਪਾ ਕੇ ਉਹਦੇ ਵਿੱਚ ਪਾ ਦੇਣੇ ਆ ਕੁੱਜੇ ਦੇ ਵਿੱਚ, ਠੀਕ ਹੈ, ਥੋੜ੍ਹੇ ਜਿਹੇ ਤਿਲ। ਉਸ ਤੋਂ ਬਾਅਦ ਤੁਸੀਂ ਕਾਲੇ ਤਿਲ ਲੈਣੇ ਆ, ਉਹ ਵੀ ਆਪਣੀ ਮੁੱਠੀ 'ਤੇ ਪਾਉਣੇ ਆ, ਮੁੱਠੀ 'ਤੇ ਪਾ ਕੇ ਉਸ ਕੁੱਜੇ ਦੇ ਵਿੱਚ ਪਾ ਦੇਣੇ ਆ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਲੈਣ ਵਾਲੀ ਚੀਜ਼ ਹੈ ਉਹ ਹੈਗੀ ਹੈ ਫੋਟੋ। ਫੋਟੋ ਤੁਸੀਂ ਉਸ ਬੰਦੇ ਦੀ ਲੈਣੀ ਹੈ ਜਿਹਦਾ ਤੁਸੀਂ ਵਸ਼ੀਕਰਨ ਕਰਨਾ ਆ, ਠੀਕ ਹੈ। ਉਸ ਬੰਦੇ ਦੀ ਫੋਟੋ ਪਾਸਪੋਰਟ ਸਾਈਜ਼ ਹੋਣੀ ਚਾਹੀਦੀ ਹੈ, ਔਰ ਫੋਟੋ ਇਹਦੇ ਵਿੱਚ ਉਹ ਲੱਗਣੀ ਹੈ ਜਿਹੜੀ ਬਿਲਕੁਲ ਫਰੰਟ ਤੋਂ ਹੋਵੇ, ਜਿੱਦਾਂ ਕੋਈ ਟੇਢਾ ਮੇਢਾ ਮੂੰਹ ਹੋਵੇ, ਟੇਢਾ ਫੇਸ ਹੋਵੇ, ਉਹ ਚੱਲਣੀ ਨਹੀਂ ਇਹਦੇ ਵਿੱਚ। ਜਾਂ ਕਿਤੇ ਫੋਟੋ ਜਾਂ ਕੋਈ ਗਰੁੱਪ ਦੇ ਵਿੱਚੋਂ ਫੋਟੋ ਤੁਸੀਂ ਸਿੱਧੀ ਕੱਟ ਕੇ ਲਾਏ ਉਹ ਵੀ ਨਹੀਂ ਚੱਲਣੀ, ਸਿਰਫ ਪਾਸਪੋਰਟ ਸਾਈਜ਼ ਸਿੱਧੀ ਫੋਟੋ ਹੋਣੀ ਚਾਹੀਦੀ, ਉਹੀ ਲੱਗਣੀ ਇਹਦੇ 'ਚ, ਠੀਕ ਹੈ। ਤੁਸੀਂ ਕੀ ਕਰਨਾ, ਉਸ ਫੋਟੋ ਨੂੰ ਅੱਗ ਲਾ ਲੈਣੀ ਆ, ਅੱਗ ਲਾ ਕੇ ਫੋਟੋ ਬਿਲਕੁਲ ਜਲਾ ਦੇਣੀ, ਉਹਨੂੰ ਰਾਖ ਬਣਾ ਦੇਣਾ, ਜਿਹੜੀ ਉਹਦੀ ਰਾਖ ਉਸ ਜਿਹੜੇ 'ਚ ਤੁਸੀਂ ਤਿਲ ਪਾਏ ਹੋਣੇ ਉਹਦੇ ਵਿੱਚ ਪਾ ਦੇਣੀ ਹੈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਫੋਟੋ ਲੈਣੀ ਹੈ, ਉਹਨੂੰ ਵੀ ਤੁਸੀਂ ਉਸੇ ਤਰੀਕੇ ਨਾਲ ਜਲਾ ਲੈਣਾ, ਜਲਾਉਣ ਤੋਂ ਬਾਅਦ ਉਸ ਕੁੱਜੇ ਦੇ ਵਿੱਚ ਉਹਦੀ ਰਾਖ ਸਾਰੀ ਪਾ ਦੇਣੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ, ਲਾਲ ਕੱਪੜਾ ਲੈਣਾ, ਲਾਲ ਕੱਪੜਾ ਲੈ ਕੇ ਉਹਦਾ ਕੁੱਜੇ ਦਾ ਮੂੰਹ ਬੰਨ ਦੇਣਾ, ਕੁੱਜੇ ਦਾ ਮੂੰਹ ਬੰਨ ਕੇ ਉੱਤੇ ਮੌਲੀ ਚੰਗੀ ਤਰ੍ਹਾਂ ਲਪੇਟ ਦੇਣੀ ਹੈ, ਠੀਕ ਹੈ, ਲਪੇਟ ਕੇ ਉਹਨੂੰ ਬੰਨ ਦੇਣਾ, ਗੰਢ ਮਾਰ ਦੇਣੀ ਹੈ ਜਿਹੜਾ ਕੁੱਜਾ ਹੋਣਾ। ਉਸ ਤੋਂ ਬਾਅਦ ਤੁਸੀਂ ਉਸ ਕੁੱਜੇ ਨੂੰ ਕੀ ਕਰਨਾ, ਸਮਾਨ ਤੁਸੀਂ ਸਾਰਾ ਨੋਟ ਕਰ ਲਿਆ, ਇੱਕ ਵਾਰ ਫਿਰ ਤੋਂ ਸੁਣ ਲਓ। ਪਹਿਲਾਂ ਚਿੱਟੇ ਤਿਲ ਪੈਣੇ ਆ ਜਿੱਦਾਂ ਜਿੱਦਾਂ ਦੱਸ ਰਹੇ ਹਾਂ, ਉੱਦਾਂ ਹੀ ਕਾਲੇ ਤਿਲ ਥੋੜ੍ਹੀ ਜਿਹੀ ਮੁੱਠੀ 'ਚ ਪੈਣੇ ਆ। ਉਸ ਤੋਂ ਬਾਅਦ ਉਸ ਬੰਦੇ ਦੀ ਫੋਟੋ ਜਿਹਦਾ ਵਸ਼ੀਕਰਨ ਕਰਨਾ ਆ, ਨੰਬਰ 3 'ਤੇ ਉਸ ਬੰਦੇ ਦੀ ਫੋਟੋ, ਨੰਬਰ 4 'ਤੇ ਤੁਹਾਡੀ ਆਪਣੀ ਫੋਟੋ, ਨੰਬਰ 5 'ਤੇ ਜਿਹੜਾ ਕੱਪੜਾ ਤੁਸੀਂ ਉੱਤੇ ਲਾਲ ਬੰਨਣਾ, ਉਸ ਤੋਂ ਬਾਅਦ 6 ਨੰਬਰ ਦੇ ਉੱਤੇ ਮੌਲੀ ਉਹਦੇ ਨਾਲ ਲਪੇਟ ਕੇ ਉੱਤੇ ਗੰਢ ਮਾਰ ਦੇਣੀ, ਠੀਕ ਹੈ ਜੀ। ਇਹ ਚੀਜ਼ ਤੁਸੀਂ ਕਰ ਲੈਣੀ ਆ। ਇਹ ਚੀਜ਼ ਨੂੰ ਕਰਕੇ ਤੁਸੀਂ ਕੀ ਕਰਨਾ, ਬੰਨ ਕੇ ਉਸ ਕੁੱਜੇ ਨੂੰ ਹੱਥ 'ਚ ਫੜ ਲੈਣਾ। ਅਸਲ ਕੰਮ ਹੁਣ ਸ਼ੁਰੂ ਹੋਣਾ ਜਦੋਂ ਇਹਨੂੰ ਆਪਾਂ ਜਦੋਂ ਇਹਦੇ ਉੱਤੇ ਮਾਤਾ ਕਾਲੀ ਦਾ ਮੰਤਰ ਪੜ੍ਹਨਾ, ਜਦੋਂ ਇਹ ਮੰਤਰ ਪੜ੍ਹਿਆ ਜਾਣਾ ਫਿਰ ਹੀ ਕੰਮ ਇਹ ਸਫਲ ਹੋ ਪਾਉਣਾ, ਠੀਕ ਹੈ। ਤੁਸੀਂ ਕਰਨਾ ਕੀ ਹੈ,
ਜਦੋਂ ਇਸ ਕੁੱਜੇ ਨੂੰ ਹੱਥ 'ਚ ਫੜ ਲੈਣਾ। ਇਹ ਜਿਹੜੀ ਵਿਧੀ ਹੈ ਜਿਹੜੀ ਨਰਾਤਿਆਂ ਦੇ ਵਿੱਚ ਸਵੇਰੇ ਤੜਕੇ 4 ਵਜੇ ਹੋਣੀ ਹੈ, 4 ਤੋਂ ਲੈ ਕੇ 6 ਵਜੇ ਦਾ ਵਿੱਚ ਟਾਈਮ ਆ, ਠੀਕ ਹੈ। 6 ਵਜੇ ਤੋਂ ਪਹਿਲਾਂ ਪਹਿਲਾਂ ਇਹਨੂੰ ਕਰਨਾ ਇਸ ਵਿਧੀ ਨੂੰ, ਸਵੇਰੇ 4 ਤੋਂ ਲੈ ਕੇ 6 ਵਜੇ ਦੇ ਵਿੱਚ ਵਿੱਚ, ਠੀਕ ਹੈ। ਸੁਣ ਲਓ ਚੰਗੀ ਤਰ੍ਹਾਂ ਮੰਤਰ, ਪਹਿਲਾਂ ਸੁਣ ਲਓ ਕੀ ਪੜ੍ਹਨਾ ਆ। ਮੰਤਰ ਸੁਣ ਲਓ, ਮੰਤਰ ਮੈਂ ਡਿਸਕ੍ਰਿਪਸ਼ਨ 'ਤੇ ਵੀ ਪਾ ਦੂੰਗਾ। ਓਮ ਜੈਂਤੀ ਮੰਗਲਾ ਕਾਲੀ ਭੱਦਰਕਾਲੀ ਕੰਪਾਲਨੀ ਸਰਵ ਨਾਮ, ਜਿੱਥੇ ਲਿਖਿਆ ਹੋਇਆ ਸਰਵ ਨਾਮ ਮੋਹਨੀ ਵਸ਼ਮ ਸਿੱਧਮ ਨਮਹਾ, ਠੀਕ ਹੈ। ਇਹ ਸੀ ਮੰਤਰ, ਮੰਤਰ ਫਿਰ ਸੁਣ ਲਓ। ਓਮ ਜੈਂਤੀ ਮੰਗਲਾ ਕਾਲੀ ਭੱਦਰਕਾਲੀ ਕੰਪਾਲਨੀ ਸਰਵ ਨਾਮ, ਜਿੱਥੇ ਲਿਖਿਆ ਨਾਮ ਉੱਥੇ ਉਸ ਬੰਦੇ ਦਾ ਨਾਮ ਆਉਣਾ ਚਾਹੀਦਾ ਜਿਹਦਾ ਤੁਸੀਂ ਵਸ਼ੀਕਰਨ ਕਰਨਾ। ਜਿੱਦਾਂ ਓਮ ਜੈਂਤੀ ਮੰਗਲਾ ਕਾਲੀ ਭੱਦਰਕਾਲੀ ਕੰਪਾਲਨੀ ਸਰਵ ਰਾਹੁਲ ਮੋਹਨੀ ਵਸ਼ਮ ਸਿੱਧਮ ਨਮਹਾ, ਇਹਦੇ ਵਿੱਚ ਇੱਦਾਂ ਨਾਮ ਆਉਣਾ। ਫਿਰ ਤੋਂ ਸੁਣ ਲਓ। ਓਮ ਜੈਂਤੀ ਮੰਗਲਾ ਕਾਲੀ ਭੱਦਰਕਾਲੀ ਕੰਪਾਲਨੀ ਸਰਵ ਨਾਮ, ਜਿੱਥੇ ਲਿਖਿਆ ਉੱਥੇ ਜਾਂ ਰੀਨਾ ਟੀਨਾ ਮੀਨਾ ਕੋਈ ਵੀ ਨਾਮ ਲੜਕੀ ਦਾ ਹੋਵੇ ਚਾਹੇ ਬੰਦੇ ਦਾ, ਉਹ ਨਾਮ ਬੋਲਣਾ। ਉਸ ਤੋਂ ਬਾਅਦ ਲਿਖਣਾ ਮੋਹਨੀ ਵਸ਼ਮ ਸਿੱਧਮ ਨਮਹਾ, ਠੀਕ ਹੈ। ਇਹ ਮੈਂ ਡਿਸਕ੍ਰਿਪਸ਼ਨ 'ਤੇ ਵੀ ਪਾ ਦਿੰਦਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ, ਤੁਸੀਂ ਪੜ੍ਹ ਲੈਣਾ ਉੱਥੋਂ ਦੇਖ ਕੇ ਚੰਗੀ ਤਰ੍ਹਾਂ, ਜਿੱਥੇ ਕੋਈ ਮਿਸਟੇਕ ਨਾ ਹੋਵੇ। ਇਹ ਮੰਤਰ ਪੜ੍ਹ ਲੈਣਾ, ਇਹ ਮੰਤਰ 500 ਤੁਸੀਂ ਇੱਕ ਵਾਰ ਪੜ੍ਹਨਾ, 500 ਇੱਕ ਵਾਰ ਉਸ ਮੰਤਰ ਨੂੰ ਪੜ੍ਹ ਕੇ ਕੁੱਜੇ ਉੱਤੇ, ਠੀਕ ਹੈ। ਉਹ ਕੁੱਜਾ ਤੁਸੀਂ ਰੱਖ ਦੇਣਾ, ਜੇ ਨਰਾਤਿਆਂ ਦਾ ਮੰਗਲਵਾਰ ਹੋਵੇ ਫਿਰ ਤਾਂ ਬਹੁਤ ਵਧੀਆ, ਨਹੀਂ ਤਾਂ ਕੋਈ ਵੀ ਨਰਾਤੇ ਕਰ ਸਕਦੇ ਹੋ। ਇਹਨੂੰ ਰੱਖ ਦੇਣਾ 8, ਫਿਰ ਤੁਸੀਂ ਇਹਨੂੰ 6 ਵਜੇ ਪੂਰੇ ਰੱਖ ਦੇਣਾ, ਸਵੇਰੇ ਤੋਂ ਲੈ ਕੇ ਰਾਤ ਦੇ ਜਿਹੜਾ ਰਾਤ ਦਾ ਟਾਈਮ ਹੋਣਾ 8 ਵਜੇ ਤੱਕ ਇਹਨੂੰ ਰਹਿਣ ਦੇਣਾ। 8 ਵਜੇ ਤੁਸੀਂ ਪੂਰੇ 8 ਵਜੇ ਰਾਤ ਦੇ ਉਸੇ ਦਿਨ 8 ਵਜੇ ਰਾਤ ਨੂੰ ਤੁਸੀਂ ਚੁੱਕ ਲੈਣਾ ਉਸ ਕੁੱਜੇ ਨੂੰ। ਚੁੱਕ ਕੇ ਤੁਸੀਂ ਕੀ ਕਰਨਾ, ਜੇ ਕੋਈ ਚੱਲਦਾ ਪਾਣੀ ਨਹੀਂ ਹੈਗਾ ਚੱਲਦੇ ਪਾਣੀ ਚੰਗੀ ਤਰ੍ਹਾਂ ਵਹਾ ਦੇਣਾ, ਜੇ ਖੜ੍ਹਾ ਪਾਣੀ ਵੀ ਕਿਤੇ ਹੋਵੇ ਤਾਂ ਵੀ ਉਹਨੂੰ ਉਹਦੇ ਆਦਰ ਸਨਮਾਨ ਨਾਲ ਉਹਨੂੰ ਵਹਾ ਕੇ ਆਣਾ। ਜਦੋਂ ਤੁਸੀਂ ਕਰ ਲਉਂਗੇ ਤਾਂ ਦੇਖਿਓ ਤੁਹਾਡਾ 24 ਘੰਟੇ ਦੇ ਵਿੱਚ ਵਸ਼ੀਕਰਨ ਹੋ ਜਾਏਗਾ। ਬਹੁਤ ਜ਼ਬਰਦਸਤ ਢਾਲਾ ਆ, ਉਪਾਅ ਆ। ਇਹੀ ਵੀਡੀਓ ਸੀ, ਜੇ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਜੈ ਪੀਰਾਂ ਦੀ, ਜੈ ਮਸਤਾਂ ਦੀ, ਮਾਲਕ ਭਲੀ ਕਰੇ।